ਰੋਂਦੇ ਚਿਹਰੇ ਗੌਰਵ ਦੇ ਪਰਿਵਾਰ ਦੇ ਨੇ। ਉਹ ਗੌਰਵ ਜਿਸਦੇ ਪਰਿਵਾਰ ਵਾਲੇ ਹੁਣ ਉਸਨੂੰ ਵਰਦੀ ਦੇ ਵਿੱਚ ਨਹੀਂ ਦੇਖ ਪਾਉਣਗੇ। ਉਹ ਗੌਰਵ ਜਿਸਨੇ ਆਪਣੀਆਂ ਅੱਖਾਂ ਦੇ ਵਿੱਚ ਕਈ ਸੁਪਨੇ ਸਜਾਏ ਹੋਏ ਸੀ, ਪਰ ਇੱਕ ਹਾਦਸੇ ਨੇ ਗੌਰਵ ਦੀ ਜਾਨ ਲੈ ਲਈ। ਗੌਰਵ ਇਸ ਸਮੇਂ ਲੇਹ ਲਦਾਖ ਦੇ ਵਿੱਚ ਤੈਨਾਤ ਸੀ। ਦਰਅਸਲ ਕੁਝ ਸਾਲ ਪਹਿਲਾਂ ਗੌਰਵ ਦਾ ਸੁਪਨਾ ਵਿਦੇਸ਼ ਜਾਣ ਦਾ ਸੀ, ਪਰ ਗੌਰਵ ਫਿੱਟ ਸੀ, ਤੰਦਰੁਸਤ ਸੀ, ਤਾਂ ਉਸਨੇ ਸੈਨਾ ਦੇ ਵਿੱਚ ਭਰਤੀ ਹੋਣ ਦਾ ਫੈਸਲਾ ਕੀਤਾ। ਤਾਂ ਉੱਥੋਂ ਕਲੀਅਰ ਹੋ ਕੇ ਉਹ ਸੈਨਾ ਦੇ ਵਿੱਚ ਭਰਤੀ ਹੋ ਗਿਆ। ਗੌਰਵ ਦੀ ਟ੍ਰੇਨਿੰਗ ਚੇਨਈ ਦੇ ਵਿੱਚ ਹੋਈ ਅਤੇ ਝਾਂਸੀ ਦੇ ਵਿੱਚ ਗੌਰਵ ਦੀ ਪਹਿਲੀ ਪੋਸਟਿੰਗ ਹੋਈ। ਲਗਾਤਾਰ ਉਹ ਦੇਸ਼ ਦੇ ਲਈ ਸੇਵਾ ਦੇ ਵਿੱਚ ਜੁਟਿਆ ਹੋਇਆ ਸੀ, ਜਿਸ ਤੋਂ ਬਾਅਦ ਗੌਰਵ ਦੀ ਪੋਸਟਿੰਗ ਲੇਹ ਲਦਾਖ ਦੇ ਵਿੱਚ ਹੋਈ। ਗੌਰਵ ਦਾ ਅੱਗੇ ਪੜ੍ਹਨ ਦਾ ਮਨ ਸੀ ਅਤੇ ਅੱਗੇ ਦੀ ਪੜ੍ਹਾਈ ਉਹ ਡਿਸਟੈਂਸ ਰਾਹੀਂ ਕਰ ਰਿਹਾ ਸੀ, ਅਤੇ ਹੁਣ ਪੇਪਰ ਸੀ ਜਿਸ ਦੇ ਲਈ ਛੁੱਟੀਆਂ ਲੈ ਕੇ ਉਹ ਘਰ ਆ ਗਿਆ। ਪਰ ਦੋ ਦਿਨ ਪਹਿਲਾਂ ਕਰਨਾਲ ਦੇ ਨਮਸਤੇ ਚੌਂਕ ਦੇ ਉੱਤੇ ਇੱਕ ਹਾਦਸਾ ਹੋ ਗਿਆ ਅਤੇ ਇਸ ਹਾਦਸੇ ਦੇ ਵਿੱਚ ਗੌਰਵ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ। ਗੌਰਵ ਗੱਡੀ 'ਤੇ ਸਵਾਰ ਸੀ ਅਤੇ ਇੱਕ ਬੱਸ ਨੇ ਉਸਨੂੰ ਟੱਕਰ ਮਾਰ ਦਿੱਤੀ। ਗੌਰਵ ਦਾ ਇਲਾਜ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਸੀ, ਪਰ ਅੱਜ ਸਵੇਰੇ ਗੌਰਵ ਦੀ ਮੌਤ ਹੋ ਜਾਂਦੀ ਹੈ। ਜਿਵੇਂ ਇਹ ਸੂਚਨਾ ਉਸਦੇ ਪਰਿਵਾਰ ਨੂੰ ਮਿਲਦੀ ਹੈ ਤਾਂ ਪੂਰੇ ਪਰਿਵਾਰ ਅਤੇ ਪਿੰਡ ਦੇ ਵਿੱਚ ਮਾਤਮ ਛਾ ਜਾਂਦਾ ਅਤੇ ਪਰਿਵਾਰ ਦੇ ਲੋਕ ਰੋਂਦੇ ਹੋਏ ਨਜ਼ਰ ਆ ਰਹੇ ਨੇ। ਗੌਰਵ ਦਾ ਵਿਆਹ ਵੀ ਇਸ ਸਾਲ ਫਰਵਰੀ ਮਹੀਨੇ ਦੇ ਵਿੱਚ ਹੋਇਆ ਸੀ ਅਤੇ ਗੌਰਵ ਐਗਜ਼ਾਮ ਦੇ ਕੇ ਆਪਣੀ ਅੱਗੇ ਦੀ ਪੜ੍ਹਾਈ ਕਰਨਾ ਚਾਹੁੰਦਾ ਸੀ ਅਤੇ ਨਾਲ ਨਾਲ ਦੇਸ਼ ਸੇਵਾ ਵੀ ਕਰਨਾ ਚਾਹੁੰਦਾ ਸੀ। ਪਰ ਉਸਨੂੰ ਅਤੇ ਪਰਿਵਾਰ ਨੂੰ ਕੀ ਪਤਾ ਸੀ ਕਿ ਛੁੱਟੀਆਂ 'ਤੇ ਆਇਆ ਗੌਰਵ ਹੁਣ ਵਾਪਸ ਡਿਊਟੀ 'ਤੇ ਨਹੀਂ ਜਾਵੇਗਾ। ਗੌਰਵ ਦੀ ਬਟਾਲੀਅਨ ਦੇ ਸੈਨਿਕ ਵੀ ਉਸਦੇ ਅੰਤਿਮ ਸੰਸਕਾਰ 'ਤੇ ਪਹੁੰਚੇ। ਉੱਥੇ ਗੌਰਵ ਦਾ ਅੰਤਿਮ ਸੰਸਕਾਰ ਪੂਰੇ ਰੀਤੀ ਰਿਵਾਜਾਂ ਨਾਲ ਕੀਤਾ ਗਿਆ। ਗੌਰਵ ਦੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਸਰਕਾਰ ਨੂੰ ਗੌਰਵ ਦੇ ਪਰਿਵਾਰ ਦੇ ਵੱਲ ਧਿਆਨ ਦੇਣਾ ਚਾਹੀਦਾ ਅਤੇ ਇੱਕ ਸਰਕਾਰੀ ਨੌਕਰੀ ਉਸਦੇ ਪਰਿਵਾਰ ਦੇ ਇੱਕ ਜੀ ਨੂੰ ਮਿਲਣੀ ਚਾਹੀਦੀ ਹੈ। ਉੱਥੇ ਹੀ ਪਿੰਡ ਵਾਲਿਆਂ ਨੇ ਗੌਰਵ ਦੇ ਨਾਮ ਦੇ ਸਟੇਡੀਅਮ ਬਣਾਉਣ ਦੀ ਵੀ ਗੱਲ ਕਹੀ ਹੈ। ਇਹ ਬੜਾ ਬਹਾਦਰ ਬੇਟਾ ਥਾ, ਅਕੇਲਾ ਹੀ ਲੜਕਾ, ਆਪਣੇ ਮਾਂ ਪਿਓ ਦੋ ਬਹਿਣੇ, ਇਸਕੀ ਇਸੀ ਸਾਲ ਇਸਕੀ ਸ਼ਾਦੀ ਹੋਈ ਥੀ, ਔਰ ਬਹੁਤ ਹੀ ਨੇਕ ਲੜਕਾ ਥਾ, ਇਤਨਾ ਸ਼ਰੀਫ, ਬਹੁਤ ਜ਼ਿਆਦਾ, ਔਰ ਇੱਕ ਬਹਾਦਰ ਇੰਟੈਲੀਜੈਂਟ, ਪੜ੍ਹਨੇ ਮੇਂ ਵੀ ਹਰ ਕੰਮ ਮੇਂ ਤੇਜ਼ ਥਾ। ਪਰਮਾਤਮਾ ਨੇ ਬਹੁਤ ਮਾੜਾ ਦਿਨ ਦੀ ਹੈ। ਜੀ ਪਰਿਵਾਰ ਕੀ ਸਥਿਤੀ ਵੀ ਠੀਕ ਠਾਕ ਹੈ ਤਾਂ ਕਿਆ ਸਰਕਾਰ ਸੇ ਅਪੀਲ ਹੈ? ਸਰਕਾਰ ਸੇ ਅਪੀਲ ਹੈ ਜੀ, ਇਸਕੀ ਪੂਰੀ ਮਦਦ ਕਰੇ, ਔਰ ਇਸਕੇ ਨਾਮ ਸੇ ਕੋਈ ਸਮਾਰਕ ਬਣਾਏ ਗਾਮ ਮੈਂ, ਕਿਸੀ ਵੀ ਸੰਸਥਾ ਕਾ ਇਸਕੇ ਨਾਮ ਟੇਕਿਆ ਜਾਏ, ਸ਼ਹੀਦ ਕੇ ਗੌਰਵ ਕੇ ਨਾਮ ਸੇ। ਪਰਿਵਾਰ ਕੇ ਕਿਸੀ ਸਦਸਯ ਕੋ ਕੋਈ ਨੌਕਰੀ, ਪਰਿਵਾਰ ਕੇ ਸਦਸਯ ਕੋ ਨੌਕਰੀ ਦੀ ਜਾਵੇ ਤਾਂ ਇਹ ਤੋਂ ਬੜਾ ਆਸਾਨ ਹੋਗਾ, ਇਸ ਪਰਿਵਾਰ ਕਾ ਪਾਲਣ ਪੋਸ਼ਣ ਹੋ ਜਾਵੇਗਾ, ਬੱਚੋਂ ਕਾ। ਤੋ ਆਸ ਪੂਰੇ ਗਾਓ ਕੋ ਬੜਾ ਦੁੱਖ ਹੈ, ਪੂਰੇ ਗਾਓ ਕੋ ਬਹੁਤ ਦੁੱਖ ਹੈ, ਪੂਰਾ ਹੀ ਗਾਓ ਆਇਆ ਹੋਇਆ ਸੋ ਵੈਸੇ, ਲੇਕਿਨ ਕਹੀਂ ਨਾ ਕਹੀਂ ਗਰਵ ਵੀ ਹੈ ਕਿ ਅੱਜ। ਹਾਂ ਜੀ ਬਿਲਕੁਲ ਬਿਲਕੁਲ ਗਰਵ ਹੈ, ਦੇਸ਼ ਕੀ ਸੇਵਾ ਕਰੀ ਹੈ, ਔਰ ਇਤਨੇ ਸਨਮਾਨਿਤ ਮੌਤ ਮੁਖਗਨੀ ਹੋਈ ਹੈ, ਬਹੁਤ ਹੀ ਸਨਮਾਨਿਤ ਹੈ, ਬਹੁਤ ਹੀ ਦੁਖਦ ਘਟਨਾ ਹੈ। ਔਰ ਬਿਲਕੁਲ ਅਭੀ 10 ਮਹੀਨੇ ਸ਼ਾਦੀ ਕੋ ਹੋਏ ਥੇ, ਲੜਕੀ ਪੇ ਕਿਆ ਬੀਤੇਗੀ, ਪਰਿਵਾਰ ਪੇ ਕਿਆ ਬੀਤੇਗੀ। ਰਵੀ ਤਾਂ ਜਵਾਨ ਥਾ, 27 ਸਾਲ ਕੀ ਉਮਰ ਸੀ ਉਸਕੀ ਸਾਡੀ, ਇਹ ਬਹੁਤ ਦੁਰਭਾਗਯਪੂਰਨ ਘਟਨਾ ਹੈ, ਕਹਿਣੇ ਕੋਈ ਇਸ ਪਰ ਕਿਆ ਕਿਹਾ ਜਾ ਸਕਦਾ। ਬਸ ਯਹੀ ਹੈ ਕਿ ਪਰਮਾਤਮਾ ਪਿੱਛੇ ਪਰਿਵਾਰ ਕੋ ਜੋ ਹੈ ਇਤਨੀ ਸ਼ਕਤੀ ਦੇ ਕਿ ਉਹ ਸਹਿਨ ਕਰ ਸਕੇ। ਬੀਸ ਦਰਜ ਹੋਇਆ ਹੈ, 279-304 ਹੈਗਾ। ਤੋ ਕਿਆ ਕਿਆ ਪ੍ਰਥਮ ਜਾਂਚ ਮੈਂ ਕਿਆ ਪਾਇਆ? ਬੱਸ ਵਾਲੀ ਗਲਤੀ ਹੈ, ਫਰਾਰ, ਬੱਸ ਵਾਲੀ ਗਲਤੀ, ਉਸਕੇ ਖਿਲਾਫ ਐਫ ਆਰ ਦਰਜ ਹੈ। ਫਰਾਰ ਆਇਆ ਕਬਜ਼ੇ ਮੈਂ? ਨਹੀਂ, ਬਸ ਕਬਜ਼ੇ ਮੈਂ ਹੈ, ਡਰਾਈਵਰ ਕੋ ਵੀ ਕਰ ਲੇਂਗੇ, ਜਲਦੀ ਗ੍ਰਿਫਤਾਰ ਹੋਊਂਗਾ। ਤੋ ਆਜ ਪੋਸਟਮਾਰਟਮ ਹੋ ਗਿਆ? ਹਾਂ, ਪੋਸਟਮਾਰਟਮ ਕਰਵਾ ਕੇ ਬੁੱਢੀ ਐਂਡ ਕਰ ਦੂੰਗਾ। ਮਾਰੇ ਕੋ ਤੋ 1:30 ਵਜੇ ਰਾਤ ਕੋ ਫੋਨ ਆ ਜੀ, ਉਸਕੋ ਥੋੜ੍ਹੀ ਚੋਟ ਲੱਗੀ, ਤੋ 1:30 ਵਜੇ ਯਹਾਂ ਆ ਸੀ, ਇਸਕਾ ਪਿਤਾ ਜੀ ਔਰ ਕੀ ਮਾਤਾ ਜੀ ਸੀ, ਉਸੇ ਟਾਈਮ ਚਲੇ ਗਏ ਜੀ, ਪਰਸੋਂ ਰਾਤ ਕੋ 1:30 ਵਜੇ। ਤੋ ਉਸੇ ਤੇ ਮੁੰਨਾ ਚੰਡੀਗੜ੍ਹ ਲੈ ਕੇ ਚਲੇ ਗਏ ਜੀ, ਇਹ ਸੂਚਨਾ ਆਈ ਵੀ ਮਰਗਤ ਕੱਲ੍ਹ ਸ਼ਾਮ ਲੱਗੀ, ਇਹ ਸੂਚਨਾ ਆਉਂਦੇ ਰਹੀ ਵੀ ਠੀਕ ਹੈ ਠੀਕ ਹੈ ਠੀਕ ਹੈ, ਵੀ ਪ੍ਰੇਸ਼ਨ ਹੋ ਰਿਹਾ ਉਸ ਟਾਈਮ। ਮੌਤ ਕੀ ਸੂਚਨਾ ਕਬ ਹੈ? ਮਾਰਗ ਤੋਂ ਸਵੇਰੇ ਹੀ ਵੇਰਾ ਲੱਗਿਆ ਜੀ, ਨਾਲੇ ਬਈ ਉਸਕੀ ਡੈਥ ਹੋ ਗਈ, ਬਾਈ ਜਾ ਰਿਹਾ ਵਾਂ
जिसका लड़का डैडी है, तो मेरे घर साथ से हम कल सुबह रात सवेरे पता लग गया 6 बजे 2017 में 2017 में लग गया 2016 के 31 तारीख में 26 तारीख ड्यूटी ज्वाइन हुआ था। कहाँ कहाँ पूछते थे? झांसी तने ट्रेनिंग करी थी ट्रेनिंग करी थी और झांसी ड्यूटी ज्वाइन करी, उसके बाद लेर दाखी भी अपना इन्हें दूसरी ड्यूटी ज्वाइन करी, 3 महीने लेर दाख रह रहे थे, इसके 2 साल लेर दाखी ड्यूटी थी। अब छुट्टी पर आए? छुट्टी पर आया परसों, तो था छुट्टी बाद इसका पेपर था, कल लास्ट पेपर था 9 तारीख का, 4-5 दिन में छुट्टी पाए। जिस दिन हादसा उस दिन लास्ट पेपर? हाँ ना, उस ना उस तक कल लास्ट था 9 का जी, 8 का दे ले 8-9 रात में शाम को एक्सीडेंट हुआ। फरवरी में शादी? फरवरी की 22 तारीख में इसकी शादी हुई थी 2023 में, 10-1 महीने हाँ 9-1 महीने हुए। परिवार में कौन? परिवार में 2 है जी, 2 भाई हम, एक लड़का है जी।